ਅੱਜ ਜਿਹੜੀ ਕਹਾਣੀ ਲੈ ਕੇ ਹਾਜ਼ਰ ਹੋਈਆਂ ਕਹਾਣੀ ਦੇ ਵਿੱਚ ਜਿਵੇਂ ਆਪਾਂ ਬਦਾਂਗੇ ਇੱਕ ਜੀਜੇ ਸਾਲੇ ਦੀ ਅਜੀਬ ਤੇ ਅਨੋਖੀ ਜਿਹੜੀ ਉਹਨਾਂ ਦੇ ਪਿਆਰ ਦੀ ਕਹਾਣੀ ਇਹਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲੇਗੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਕਰਨਾਟਕਾ ਕਰਨਾਟਕਾ ਦਾ ਜ਼ਿਲ੍ਹਾ ਉੜਪਈ ਉਹਦੇ ਵਿੱਚ ਇੱਕ ਇਲਾਕਾ ਸੀ ਅਜੇਕਰ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਬਾਲਕ੍ਰਿਸ਼ਨ ਪੁਜਾਰੀ ਉਹ ਪਰਿਵਾਰ ਦੇ ਵਿੱਚ ਉਹਦੀ ਪਤਨੀ ਰਤਿਮਾ ਤੇ ਦੋਲਿਸ਼ਨ ਹੁੰਦਾ ਉਹ ਹੋਟਲ ਆਪਣਾ ਵਧੀਆ ਜ਼ਿੰਦਗੀ ਜਿਹੜਾ ਬਤੀਤ ਆਪਣਾ ਕਾਰੋਬਾਰ ਉਹਦਾ ਐਸਾ ਹੁੰਦਾ ਵੀ ਨਾ ਤਾਂ ਬਹੁਤਾ ਜਿਆਦਾ ਪੈਸਾ ਤੇ ਨਾ ਹੀ ਕਿਸੇ ਚੀਜ਼ ਦੀ ਕਮੀ ਮਤਲਬ ਇੱਕ ਜਿਹੜਾ ਮਿਡਲ ਕਲਾਸ ਮੈਨ ਹੁੰਦਾ ਉਹਦੇ ਵਾਂਗੂ ਇੱਕ ਆਪਣੀ ਜ਼ਿੰਦਗੀ ਬਤੀਤ ਕਰਦੇ ਹੁੰਦੇ ਨੇ ਤੇ ਜਿਹੜੀ ਪ੍ਰਤਿਮਾ ਹੁੰਦੀ ਹੈ ਉਹ ਇੱਕ ਬਿਊਟੀ ਪਾਰਲ ਜਿਹੜਾ ਉਹ ਚਲਾਦੀ ਹੁੰਦੀ ਹੈ ਹੁਣ ਇਹ ਸਾਰਾ ਕੁਝ ਇਹਨਾਂ ਦਾ ਚੱਲਦਾ ਹੁੰਦਾ ਜ਼ਿੰਦਗੀ ਬਹੁਤ ਵਧੀਆ ਬਤੀਤ ਹੁੰਦੀ ਹੁੰਦੀ ਹੈ ਇੱਕ ਇਹਨਾਂ ਦਾ ਸਾਲਾ ਹੁੰਦਾ ਜਿਹੜਾ ਬਾਲਕ੍ਰਿਸ਼ਨ ਪੁਜਾਰੀ ਦਾ ਸੰਦੀਪ ਉਹਦਾ ਆਪਣੇ ਜੀਜੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਇਹਨਾਂ ਦੀ ਕੋਈ ਵੀ ਗੱਲ ਇੱਕ ਦੂਜੇ ਤੋਂ ਲੁਕੀ ਨਹੀਂ ਹੁੰਦੀ ਇੱਕ ਦੂਜੇ ਦੀ ਸਲਾਹ ਲੈਣੀ ਇੱਕ ਦੂਜੇ ਨੇ ਕਿੱਕ ਗੱਲ ਦੱਸਣੀ ਕਹਿ ਲਿਏ ਵੀ ਭਰਾਵਾਂ ਦੋਸਤਾਂ ਨਾਲੋਂ ਵੱਧ ਕੇ ਬੇਮਿਸਾਲ ਇਹਨਾਂ ਦਾ ਜਿਹੜਾ ਪਿਆਰ ਹੁੰਦਾ ਅਕਸਰ ਰਿਸ਼ਤੇਦਾਰੀਆਂ ਦੇ ਵਿੱਚ ਜਦੋਂ ਵੀ ਕਿਤੇ ਸਾਰੇ ਇਕੱਠੇ ਹੁੰਦੇ ਨੇ ਇਹਨਾਂ ਦੋਨਾਂ ਦੀ ਆਪਸ ਦੀ ਜਿਹੜੀ ਗੱਲ ਹੈ ਉਹ ਰਿਸ਼ਤੇਦਾਰੀਆਂ ਦੇ ਵਿੱਚ ਜ਼ਰੂਰ ਚੱਲਦੀ ਹੈ ਇਹ ਜਿਹੜੀ ਜੋੜੀ ਹੁੰਦੀ ਹੈ ਉਤੋਂ ਲਈ ਉਦਾਹਰਣ ਹੁੰਦੀ ਹੈ ਬਹੁਤ ਜ਼ਿਆਦਾ ਇਹਨਾਂ ਦਾ ਕਹਿਣ ਦਾ ਮਤਲਬ ਲੀਏ ਵੀ ਜਿੰਨੇ ਵੀ ਆਪਾਂ ਸ਼ਬਦ ਇਹਦੇ ਵਿੱਚ ਇਸਤੇਮਾਲ ਕਰੀਏ ਉਦੋਂ ਵੱਧ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੁੰਦਾ ਜੀਜੇ ਸਾਲੇ ਦਾ ਹੁਣ ਜ਼ਿੰਦਗੀ ਬਧੀਤ ਹੁੰਦੀ ਹੁੰਦੀ ਹੈ ਤੇ ਅਕਤੂਬਰ 2024 ਦੇ ਵਿੱਚ ਸਤੰਬਰ ਦੇ ਲਾਸਟ ਮਹੀਨੇ ਦੇ ਵਿੱਚ ਹੀ ਜਿਹੜਾ ਹੁੰਦਾ ਪੁਜਾਰੀ ਉਹਦੀ ਤਬੀਅਤ ਖਰਾਬ ਹੋਣ ਲੱਗ ਜਾਂਦੀ ਹੈ ਉਹਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਤਬੀਅਤ ਵੈਸੇ ਵੀ ਕੋਈ ਨਾ ਕੋਈ ਦਿੱਕਤ ਸ਼ੁਰੂ ਹੋ ਜਾਂਦੀ ਹੈ ਹੁਣ ਜਿਵੇਂ ਆਪਾਂ ਆਮ ਕਰਦੇ ਆਂ ਵੀ ਇੱਕ ਕਿਸੇ ਡਾਕਟਰ ਕੋਲ ਗਏ ਲੋਕਲ ਕੋਲ ਦਵਾਈ ਲਈ ਪਰ ਉਹਦੇ ਨਾਲ ਆਰਾਮ ਨਹੀਂ ਆਇਆ ਫਿਰ ਡਾਕਟਰ ਚੇਂਜ ਕੀਤਾ ਕਿਸੇ ਹੋਰ ਹਸਪੀਟਲ ਵਿੱਚ ਗਏ ਉੱਥੇ ਗਏ ਉੱਥੇ ਵੀ ਜਿਹੜਾ ਉਹਨੂੰ ਆਰਾਮ ਨਹੀਂ ਹੁੰਦਾ ਫਿਰ ਹੋਰ ਵੱਡੇ ਹਸਪੀਟਲ ਦੇ ਵਿੱਚ ਹੋਰ ਵੱਡੇ ਹਸਪੀਟਲ ਦੇ ਵਿੱਚ ਕਰਦੇ ਕਰਦੇ ਉਹਨਾਂ ਨੇ 8-9 ਹਸਪੀਟਲ ਬਦਲ ਪਰ ਜਿਹੜਾ ਬਾਲਕ੍ਰਿਸ਼ਨ ਪੁਜਾਰੀ ਹੁੰਦਾ ਉਹਦੀ ਸਿਹਤ ਦੇ ਵਿੱਚ ਫਰਕ ਨਹੀਂ ਪੈਂਦਾ ਹੁਣ ਘਰ ਦੇ ਸੋਚਦੇ ਨੇ ਟੈਸਟਾਂ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਫਿਰ ਜਿਹੜੇ ਇੱਕ ਹੋਰ ਹਸਪੀਟਲ ਦੇ ਵਿੱਚ ਜਾਂਦੇ ਨੇ ਵੱਡੇ ਦੇ ਵਿੱਚ ਉਦੋਂ ਪਤਾ ਲੱਗਦਾ ਵੀ ਇਹਨੂੰ ਪੀ ਲਿਆ ਤੇ ਸਾਰੇ ਸੋਚਦੇ ਨੇ ਕਿ ਐਸੇ ਹੀ ਕੈਸੀ ਇਹਨੂੰ ਪੀਲਿਆ ਹੋਇਆ ਵੀ ਜਿਹੜਾ ਠੀਕ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਐਨੇ ਡਾਕਟਰਾਂ ਕੋਲ ਗਏ ਨੇ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਬਾਲਕ੍ਰਿਸ਼ਨ ਦੇ ਮਾਪਿਓ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਤੇ ਸਭ ਤੋਂ ਜਿਹੜਾ ਵੱਧ ਪਰੇਸ਼ਾਨ ਹੁੰਦਾ ਉਹ ਹੁੰਦਾ ਸੰਦੀਪ ਪੁਜਾਰੀ ਦਾ ਸਾਲਾ ਉਹਨੂੰ ਹੋਰ ਵੱਡੇ ਹਸਪੀਟਲ 'ਚ ਜਦੋਂ ਲੈ ਕੇ ਜਾਂਦੇ ਨੇ ਉੱਥੇ ਫਿਰ ਉਹਦਾ ਇਲਾਜ ਚੱਲਦਾ ਉਹਦਾ ਇਲਾਜ ਕਾਫੀ ਦਿਨ ਚੱਲਦਾ ਹੁਣ ਇਸ ਗੱਲ ਨੂੰ ਕਾਫੀ ਟਾਈਮ ਹੋ ਜਾਂਦਾ ਡਾਕਟਰਾਂ ਕੋਲ ਜਾਂਦਿਆਂ ਤੱਕੇ ਖਾਂਦੇ ਆ ਸਾਰੇ ਪਰੇਸ਼ਾਨ ਹੁੰਦੇ ਨੇ ਵੀ ਆਹ ਫਿਰ ਐਸਾ ਕੀ ਬਣਿਆ ਉਦੋਂ ਲਈ ਦਵਾਵਾਂ ਵੀ ਕੀਤੀਆਂ ਜਾਂਦੀਆਂ ਨੇ ਫਿਰ ਜਦੋਂ ਦਵਾਵਾਂ ਕੀਤੀਆਂ ਤੇ ਫਿਰ ਦਵਾਈ ਵੀ ਅਸਰ ਕਰਦੀ ਹੈ ਤੇ ਜਿਹੜਾ ਬਾਲ ਕ੍ਰਿਸ਼ਨ ਹੁੰਦਾ ਇਹਦੀ ਤਬੀਅਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਸਿਹਤ ਠੀਕ ਹੋਣ ਲੱਗ ਜਾਂਦੀ ਹੈ ਹੁਣ ਆ ਜਾਂਦਾ 19 ਅਕਤੂਬਰ 2024 ਤੇ 19 ਅਕਤੂਬਰ 2024 ਨੂੰ ਜਿਹੜੇ ਡਾਕਟਰ ਕਹਿੰਦੇ ਨੇ ਵੀ ਹੁਣੇ ਠੀਕ ਹੈ ਘਰੇ ਜਾ ਕੇ ਜਿਹੜੀ ਮਾੜੀ ਮੱਠੀ ਦੀ ਦਵਾਈ ਚੱਲੇਗੀ ਬਾਕੀ ਦੀ ਸਿਹਤ ਬਿਲਕੁਲ ਠੀਕ ਹੈ ਇਹਨੂੰ ਘਰ ਲੈ ਜਾ ਸਕਦੇ ਆ ਤੇ 19 ਅਕਤੂਬਰ ਨੂੰ ਬਾਲ ਕ੍ਰਿਸ਼ਨ ਪੁਜਾਰੀ ਨੂੰ ਉਹਨਾਂ ਦੇ ਘਰ ਲੈ ਕੇ ਆਇਆ ਜਾਂਦਾ ਜਿਹੜਾ ਕਿ ਕਰਨਾਟਕਾ ਦੇ ਗੁੜਪਈ ਜ਼ਿਲ੍ਹੇ ਦੇ ਵਿੱਚ ਅਜੇ ਇੱਕ ਘਰ ਇੱਕ ਇਲਾਕਾ ਜਿੱਥੇ ਉਹ ਆਪਣੇ ਘਰੇ ਹੁੰਦਾ ਹੁਣ ਘਰੇ ਹੁੰਦੇ ਨੇ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਕਿਉਂਕਿ ਸਾਰਿਆਂ ਨੂੰ ਬਹੁਤ ਟੈਨਸ਼ਨ ਹੁੰਦੀ ਹੈ ਜਿਹੜਾ ਬਾਲਕ੍ਰਿਸ਼ਨ ਪੁਜਾਰੀ ਹੈ ਉਹ ਬਹੁਤ ਵਧੀਆ ਸੁਭਾਅ ਦਾ ਬੰਦਾ ਸੀ ਤੇ ਸਾਰੇ ਰਿਸ਼ਤੇਦਾਰ ਉਹਦੇ ਨੂੰ ਬਹੁਤ ਪਿਆਰ ਕਰਦੇ ਸੀ ਹੁਣ 8:00 ਵਜੇ ਹੁੰਦਾ ਸਾਰੇ ਉਹਨੂੰ ਮਿਲਦੇ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਰਾਤ ਦੇ 10-11 ਵਜੇ ਜਾਂਦੇ ਨੇ ਤੇ ਜਿਹੜੇ ਰਿਸ਼ਤੇਦਾਰ ਸੀ ਉਹ ਆਲੇ-ਦੁਆਲੇ ਨੇੜੇ-ਨੇੜੇ ਹੀ ਰਹਿਣ ਵਾਲੇ ਸੀ ਤੇ ਸਾਰੇ ਕਹਿੰਦੇ ਨੇ ਵੀ ਹੁਣ ਇਹ ਆਇਆ ਇੰਨੇ ਦਿਨਾਂ ਬਾਅਦ ਇਹਦੀ ਸੇਵਾ ਤੇ ਸਾਰੇ ਉੱਥੇ ਹੀ ਰੁਕਣ ਦਾ ਪਲਾਨ ਕਰਦੇ ਨੇ ਪਰ ਜਿਹੜੀ ਵੀ ਪਤਨੀ ਹੁੰਦੀ ਹੈ ਪ੍ਰਤੀ ਉਹਦਾ ਕਹਿਣਾ ਹੁੰਦਾ ਵੀ ਹੁਣ ਇਹਨੇ ਦਵਾਈ ਲਈ ਹੈ ਹੁਣ ਇਹਨੂੰ ਆਰਾਮ ਕਰਨ ਦਿਓ ਹੋ ਸਕਦਾ ਇਹਨੂੰ ਵਧੀਆ ਨੀਂਦ ਆਵੇ ਤੇ ਸਵੇਰੇ ਹੋਰ ਫਰੈਸ਼ ਹੋ ਕੇ ਉੱਠੇਗਾ ਵੀ ਤੁਸੀਂ ਆਪਣੇ ਘਰ ਨੂੰ ਜਾਓ ਕੋਈ ਦਿੱਕਤ ਹੋਏਗੀ ਤੇ ਬੁਲਾ ਲਾਂਗੇ ਬਾਕੀ ਤੁਸੀਂ ਆਉਂਦੇ ਰਹਿਣਾ ਹੀ ਹੈ ਹਾਲਾਂਕਿ ਰਿਸ਼ਤੇਦਾਰਾਂ ਦਾ ਜਿਹੜਾ ਜਾਣਦਾ ਪਰ ਫਿਰ ਵੀ ਹੌਲੀ ਹੌਲੀ ਸਾਰੇ ਜਿਹੜੇ ਨੇ ਇੱਕ ਇੱਕ ਕਰਕੇ ਚਲੇ ਜਾਂਦੇ ਨੇ ਤੇ ਰਹਿ ਜਾਂਦਾ ਇਕੱਲਾ ਸੰਦੀਪ ਸੰਦੀਪ ਆਪਣੇ ਜੀਜੇ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਜਿੰਨੇ ਦਿਨ ਬਿਮਾਰ ਹੁੰਦਾ ਉਹਨੇ ਦਿਨ ਤਕਰੀਬਨ ਜਿਹੜਾ ਸੰਦੀਪ ਹੁੰਦਾ ਉਦੇ ਨਾਲ ਹੀ ਰਹਿੰਦਾ ਉਹਦੀ ਸੇਵਾ ਕਰਦਾ ਹੁਣ ਸੰਦੀਪ ਨਹੀਂ ਜਾਂਦਾ ਪਰ ਪ੍ਰਤਿਮਾ ਹੁੰਦੀ ਹੈ ਵੀ ਕਹਿੰਦੀ ਤੂੰ ਚਲਾ ਜਾ ਇਹਨੂੰ ਕੋਈ ਦਿੱਕਤ ਨਹੀਂ ਇਹ ਸੁੱਤਾ ਆਰਾਮ ਨਾਲ ਦਵਾਈ ਲੈ ਕੇ ਇਹਨੂੰ ਸੌਣ ਦੇ ਬੇ ਦਿੱਕਤ ਹੋਈ ਮੈਂ ਤੈਨੂੰ ਫੋਨ ਕਰ ਲਾਂਗੀ ਤੇ ਤੂੰ ਆ ਜੀ ਬਾਕੀ ਇਹਨੂੰ ਹੁਣ ਕੋਈ ਦਿੱਕਤ ਨਹੀਂ ਹੈ ਹਾਲਾਂਕਿ ਸੰਦੀਪ ਜਾਣਾ ਨਹੀਂ ਸੀ ਚਾਹੁੰਦਾ ਆਪਣੇ ਦੀ ਜੀਜੇ ਨੂੰ ਛੱਡ ਕੇ ਪਰ ਪ੍ਰਤਿਮਾ ਬਹੁਤ ਜ਼ਿਆਦਾ ਜਿੱਦ ਕਰਦੀ ਹੈ ਤੇ ਉਹਦੀ ਜਿੱਦ ਦੀ ਵਜ੍ਹਾ ਤੋਂ ਚਲਾ ਜਾਂਦਾ ਸੰਦੀਪ ਹੁਣ ਸੰਦੀਪ ਚਲਾ ਜਾਂਦਾ ਰਾਤ ਦੇ 11 12 ਵਜੇ ਜਾਂਦੇ ਤੇ ਅਗਲਾ ਦਿਨ ਹੁਣ 12 ਵਜੇ ਤੋਂ ਬਾਅਦ ਹੋ ਜਾਂਦਾ 20 ਅਕਤੂਬਰ ਨੂੰ ਹੁਣ 20 ਅਕਤੂਬਰ ਨੂੰ ਕਰੀਬ 2:30 3 ਵਜੇ ਜਿਹੜੀ ਪ੍ਰਤਿਮਾ ਹੁੰਦੀ ਹੈ ਫੋਨ ਕਰਦੀ ਆ ਆਪਣੇ ਸਹੁਰੇ ਪਰਿਵਾਰ ਨੂੰ ਆਪਣੇ ਸੱਸ ਸਹੁਰਾ ਨੂੰ ਉਹਦੇ ਭਰਾ ਨੂੰ ਵੀ ਜਿਹੜਾ ਬਾਲ ਕ੍ਰਿਸ਼ਨ ਹੈ ਇਹਦੀ ਹਿਲ ਡੋਲ ਨਹੀਂ ਰਿਹਾ ਮੈਨੂੰ ਹਲਾ ਰਹੀਆਂ ਨਾ ਕੁਝ ਬੋਲ ਰਿਹਾ ਨਾ ਹਿਲ ਰਿਹਾ ਤੇ ਰੋਣ ਲੱਗ ਜਾਂਦੀ ਹੈ ਹੁਣ ਫਟਾਫਟ ਉਹ ਇੱਧਰ ਦੀ ਤਿਆਰੀ ਖਿੱਚਦੇ ਨੇ ਨਵਾਂ ਆਉਂਦੇ ਨੇ ਤੇ ਇੱਕ ਸੋਚਦੇ ਨੇ ਵੀ ਹੁਣ ਤਾਂ ਹਜੇ ਬਿਲਕੁਲ ਠੀਕ ਛੱਡ ਕੇ ਆਇਆ ਹੋਰ ਵੀ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਆ ਫਿਰ ਆਪਣੇ ਭਰਾ ਨੂੰ ਫੋਨ ਕਰਦੇ ਨੂੰ ਪਤਾ ਹੁੰਦਾ ਵੀ ਇਹਦਾ ਜੀਜੇ ਸਾਲੇ ਦਾ ਬਹੁਤ ਪਿਆਰ ਹੈ ਸੰਦੀਪ ਨੂੰ ਦੱਸ ਦਈਏ ਵੀ ਜਿਹੜਾ ਤੇਰਾ ਜੀਜਾ ਹੈ ਇਹ ਬੋਲ ਨਹੀਂ ਰਿਹਾ ਮੈਂ ਇਹਨੂੰ ਬੁਲਾ ਰਹੀਆਂ ਨਾ ਹਿਲ ਰਿਹਾ ਨਾ ਬੋਲ ਰਿਹਾ ਤਾਂ ਸੰਦੀਪ ਜਿਹੜਾ ਵੱਧ ਹਵਾਸ ਜਿਹੜਾ ਭੱਜਦਾ ਉਤੋਂ ਤੇ ਉਹਨਾਂ ਦੇ ਘਰੇ ਪਹੁੰਚਦਾ ਉੱਥੇ ਜਾ ਕੇ ਦੇਖਦਾ ਵੀ ਉਹ ਬਿਲਕੁਲ ਹਿਲ ਡੁਲ ਨਹੀਂ ਰਿਹਾ ਹੁਣ ਜਦੋਂ ਆ ਕੇ ਦੇਖਦੇ ਨੇ ਇੱਕ ਡਾਕਟਰ ਨੂੰ ਬੁਲਾਇਆ ਜਾਂਦਾ ਤੇ ਉਹਨੂੰ ਜਿਹੜਾ ਕਿ ਮ੍ਰਿਤਕ ਘੋਸ਼ਿਤ ਕਰ ਦਿੰਦਾ ਉਹ ਕਹਿੰਦਾ ਵੀ ਹੁਣ ਇਸ ਸ਼ਰੀਰ ਦੇ ਵਿੱਚ ਜਾਨ ਨਹੀਂ ਹੈਗੀ ਸਾਰੇ ਸੋਚਦੇ ਨੇ ਵੀ ਇੰਨੀ ਲੰਬੀ ਜਿਹੜੀ ਬਿਮਾਰੀ ਚੱਲੀ ਐ ਉਹਦੀ ਵਜ੍ਹਾ ਤੋਂ ਇਹਦੀ ਜਾਨ ਚਲੀ ਗਈ। ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੁਣ ਘਰ ਦੇ ਵਿੱਚ ਜਿਹਨੂੰ ਇੰਨਾ ਪਿਆਰ ਕਰਦੇ ਸੀ, ਥੋੜੀ ਦੇਰ ਪਹਿਲਾਂ ਜਿਹਨੂੰ ਹੱਸਦੇ ਖੇਡਦੇ ਨੂੰ ਛੱਡ ਕੇ ਗਏ ਹੁਣ ਤੇ ਹੁਣ ਬੈੱਡ ਦੇ ਉੱਪਰ ਉਹਦੀ Laash ਪਈ। ਸੁਜਾਰੀ ਦੇ ਮਾਪਿਆਂ ਦਾ ਬੁਰਾ ਹਾਲ ਹੁੰਦਾ ਤੇ ਭਰਾ ਦਾ, ਪਤਨੀ ਦਾ, ਬੱਚਿਆਂ ਦਾ ਤੇ ਸਭ ਤੋਂ ਵੱਧ ਬੁਰਾ ਹਾਲ ਹੁੰਦਾ ਸੰਦੀਪ ਦਾ ਜਿਹੜਾ ਉਹਦਾ ਸਾਲਾ ਸੀ। ਉਹਨੂੰ ਬਹੁਤ ਪਿਆਰ ਕਰਦਾ ਸੀ। ਉਹ ਬਹੁਤ ਰੋਂਦਾ ਕਿਉਂਕਿ ਉਹਨੇ ਪਰਿਵਾਰ ਦੇ ਵਿੱਚ ਕਈ ਵਾਰੀ ਸਾਰਿਆਂ ਦੇ ਵਿੱਚ ਗਿਆ ਸੀ। ਵੇ ਸੰਦੀਪ ਵਰਗਾ ਇਨਸਾਨ ਕੋਈ ਨਹੀਂ ਇਹ ਮੈਨੂੰ ਰਿਸ਼ਤੇਦਾਰ ਮੇਰੀ ਕਿਸਮਤ ਨਾਲ ਮਿਲਿਆ ਉਹ ਆਪਣੇ ਸਾਲੇ ਦੀ ਬਹੁਤ ਤਾਰੀਫ ਕਰਦਾ ਸੀ ਉਹ ਲੋਕਾਂ ਦੇ ਵਿੱਚ ਤਾਰੀਫ ਕਰਦਾ ਕਦੇ ਵਿੱਚ ਜਗਦਾ ਨਹੀਂ ਸੀ ਸੰਦੀਪ ਦੀ ਤੇ ਸੰਦੀਪ ਬਹੁਤ ਜ਼ਿਆਦਾ ਰੋਂਦਾ ਹ ਹੁਣ ਸਾਰੇ ਇਹੀ ਵਿਚਾਰ ਕਰਦੇ ਨੇ ਗੱਲਾਂ ਬਾਤਾਂ ਕਰਦੇ ਨੇ ਜਿਹਨੂੰ ਛੱਡ ਕੇ ਹੁਣ ਗਏ ਸੀ ਐਨੀ ਬਿਮਾਰੀ ਤੋਂ ਲੰਬੀ ਤੋਂ ਬਾਅਦ ਇਹਦੀ ਜੜੀ ਜਾਣ ਚਲੀ ਗਈ ਸੰਦੀਪ ਉੱਠ ਕੇ ਆਪਣੇ ਜੀਜੇ ਦੀ ਲਾਸ਼ ਨੂੰ ਬਹੁਤ ਚੰਗੀ ਤਰ੍ਹਾਂ ਦੇਖਦਾ ਜਦੋਂ ਬਿਲਕੁਲ ਬਰੀਕੀ ਨਾਲ ਦੇਖਦਾ ਉਹਨੂੰ ਥੋੜੇ ਜਿਨੇ ਨਿਸ਼ਾਨ ਦਿਖਦੇ ਨੇ ਉਹਦੇ ਗਲੇ ਤੇ ਤੇ ਮੂੰਹ ਦੇ ਉੱਪਰ ਉਹਨੂੰ ਇਹ ਲੱਗਦਾ ਵੀ ਮੈਂ ਜਦੋਂ ਪਹਿਲਾਂ ਗਿਆ ਸੀ ਉਦੋਂ ਇਹ ਬਿਲਕੁਲ ਚੰਗਾ ਪੜਾ ਸੀ ਤੇ ਕੋਈ ਨਿਸ਼ਾਨ ਨਹੀਂ ਸੀ ਇਹ ਨਿਸ਼ਾਨ ਕਿਵੇਂ ਆਏ ਉਹ ਆਪਣੀ ਭੈਣ ਨੂੰ ਇੱਕ ਸਾਈਡ ਤੇ ਲਿਜਾ ਕੇ ਸਾਰਿਆਂ ਰਿਸ਼ਤੇਦਾਰਾਂ ਨਾਲ ਉਹਨੂੰ ਪੁੱਛਦਾ ਵੀ ਜਿਹੜੇ ਜੀਜੇ ਦੇ ਗਲੇ ਤੇ ਨਿਸ਼ਾਨ ਨੇ ਨਿਸ਼ਾਨ ਕਿਵੇਂ ਨੇ ਵੀ ਪਹਿਲਾਂ ਤਾਂ ਹੈ ਨਹੀਂ ਸੀ ਉਹਦੀ ਭੈਣ ਕਹਿੰਦੀ ਵੀ ਜਦੋਂ ਇਹ ਉਠਿਆ ਨਹੀਂ ਹਿੱਲਿਆ ਡੁੱਲਿਆ ਨਹੀਂ ਤਾਂ ਮੇਰੇ ਹੱਥ ਦੇ ਵਿੱਚ ਪਾਣੀ ਦੀ ਬੋਤਲ ਸੀ ਮੈਂ ਘਬਰਾ ਗਈ ਮੈਨੂੰ ਮਾਰਨ ਲੱਗੀ ਮੈਂ ਪਾਣੀ ਦੀ ਬੋਤਲ ਵੀ ਇਹਦੇ ਮਾਰਦੀ ਵੀ ਸ਼ਾਇਦ ਇਹ ਹਿੱਲੇ ਉਹ ਬੋਤਲ ਦੇ ਨਿਸ਼ਾਨ ਪੈ ਗਏ ਹੋਣਗੇ ਪਰ ਸੰਦੀਪ ਦਾ ਕਹਿਣਾ ਹੁੰਦਾ ਵੀ ਇਹ ਬੋਤਲ ਦਾ ਨਿਸ਼ਾਨ ਨਹੀਂ ਹੈ ਇਹ ਨਿਸ਼ਾਨ ਕੋਈ ਹੋਰ ਨਹੀਂ ਹੁਣ ਸੰਦੀਪ ਦੇ ਦਿਮਾਗ ਦੇ ਵਿੱਚ ਇਹ ਨਿਸ਼ਾਨ ਜਿਹੜਾ ਉਹ ਘਰ ਕਰ ਜਾਂਦਾ ਉਹਨੂੰ ਸ਼ੱਕ ਬੈਠ ਜਾਂਦਾ ਉਹ ਸ਼ੱਕ ਦੇ ਵਿੱਚ ਹੁਣ ਕਹੇ ਤੱਕ ਕਹੇ ਕਿਨੂੰ ਉਹ ਫਸਿਆ ਹੁੰਦਾ ਹੈ ਵਿਚਾਰਾ ਹੁਣ ਉਹਦੀ ਭੈਣ ਕਹਿ ਰਹੀ ਹੈ ਵੀ ਇਹ ਬੋਤਲ ਵੱਜੀ ਹੈ ਪਰ ਉਹਨੂੰ ਲੱਗਦਾ ਵੀ ਇਹ ਬੋਤਲ ਦਾ ਨਿਸ਼ਾਨ ਹੈ ਹੌਲੀ ਹੌਲੀ ਦਿਨ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜਾ ਬਾਲਕ੍ਰਿਸ਼ਨ ਹੁੰਦਾ ਉਹਦੀ ਸੰਸਕਾਰ ਦੀ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਾ ਸੰਸਕਾਰ ਹੋਣਾ ਤਾਂ ਆਪਣੀ ਭੈਣ ਨੂੰ ਕਹਿੰਦਾ ਵੀ ਸਾਡੇ ਜਾਣ ਤੋਂ ਬਾਅਦ ਇੱਥੇ ਕੋਈ ਆਇਆ ਸੀ ਉਹਦੀ ਭੈਣ ਕਹਿੰਦੀ ਵੀ ਇੱਥੇ ਕੌਣ ਆਏਗਾ ਇੱਥੇ ਕੋਈ ਵੀ ਨਹੀਂ ਸੀ ਆਇਆ ਬਸ ਬੱਚੇ ਸੀ ਤੇ ਅਸੀਂ ਦੋਨੋਂ ਸੀ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਦੇਖਿਆ ਉੱਠ ਕੇ ਮੈਂ ਕਿਹਾ ਵੀ ਚੱਲ ਪਾਣੀ ਪੋਣੀ ਪਲਾਵਾ ਇਹਨੂੰ ਦੇਖਾਂ ਅਜ ਮੈਂ ਦੇਖਿਆ ਤੇ ਇਹ ਹਿੱਲਿਆ ਨਹੀਂ ਫਿਰ ਮੈਂ ਸਾਰਿਆਂ ਨੂੰ ਫੋਨ ਕੀਤਾ ਉਹ ਫਿਰ ਦੁਬਾਰਾ ਪੁੱਛਦਾ ਆਪਣੀ ਭੈਣ ਤੋਂ ਵੀ ਮੈਨੂੰ ਲੱਗਦਾ ਵੀ ਇੱਥੇ ਕੋਈ ਆਇਆ ਸੀ ਇਹ ਨਿਸ਼ਾਨ ਜਿਹੜੇ ਨੇ ਇਹ ਬੋਤਲ ਦੇ ਨੇ। ਉਹਦੀ ਭੈਣ ਫੇਰ ਉਹੀ ਕਹਿੰਦੀ ਐ ਵੀ ਇੱਥੇ ਕੋਈ ਨਹੀਂ ਆਇਆ। ਇਹ ਬੋਤਲ ਦੇ ਨਿਸ਼ਾਨ ਨੇ। ਤੇਰਾ ਦਿਮਾਗ ਦਾ ਵਹਿਮ ਐ। ਫੇਰ ਉਹ ਕਹਿੰਦਾ ਵੀ ਆਪਾਂ ਪੋਸਟਮਾਰਟਮ ਕਰਾ ਲੈਂਦੇ ਆ। ਵੀ ਇਹ ਮੈਨੂੰ ਜਿਹੜੀ ਡੈਥ ਐ ਇਹ ਨੇਚਰਲ ਨਹੀਂ ਲੱਗਦੀ। ਉਹਦੀ ਭੈਣ ਕਹਿੰਦੀ ਐ ਵੀ ਨਹੀਂ। ਇਹਦੀ ਪੋਸਟਮਾਰਟਮ ਅਸੀਂ ਨਹੀਂ ਕਰਵਾਣਾ। ਐਨੀ ਲੰਬੀ ਬਿਮਾਰੀ ਤੋਂ ਬਾਅਦ ਇਹਦੀ ਜਿਹੜੀ ਮੌਤ ਹੋਈ ਐ। ਹੁਣ ਜਿਹੜਾ ਇਹਦਾ ਸਰੀਰ ਐ ਉਹ ਮੈਂ ਚੀਰਨਾ ਫੜਨਾ ਮੈਂ ਨਹੀਂ ਚਾਹਂਦੀ। ਇਹਦੇ ਸਰੀਰ ਨੂੰ ਹੁਣ ਚੀਰਿਆ ਫੜਿਆ ਜਾਵੇ। ਹੁਣ ਜਿਹੜਾ ਪੋਸਟਮਾਰਟਮ ਐ ਉਹ ਜਾਂ ਤਾਂ ਪਤਾ ਨਹੀਂ ਕਰਵਾਵੇ ਜਾ ਮਾਫੀ ਹੋ ਕਰਵਾ। ਜਿਹੜੀ ਪਤਨੀ ਐ ਉਹ ਨਹੀਂ ਮੰਨਦੀ ਵੀ ਮੈਂ ਇਹਦਾ ਪੋਸਟਮਾਰਟਮ ਕਰਵਾਵਾਂ। ਹੁਣ ਜਿਹੜਾ ਸੰਦੀਪ ਫਸ ਜਾਂਦਾ ਹੁਣ ਸੰਦੀਪ ਕਰੇ ਤੇ ਕੀ ਕਰੇ? ਹੁਣ ਸੰਦੀਪ ਬਾਲ ਕ੍ਰਿਸ਼ਨ ਪੁਜਾਰੀ ਤੇ ਫਾਦਰ ਨਾਲ ਗੱਲ ਕਰਦਾ। ਉਹ ਦੱਸਦਾ ਸਾਰੀ ਹਿਸਟਰੀ ਵੀ ਇਹਦੇ ਨਿਸ਼ਾਨ ਐ ਜਿਹੜੇ ਕਿ ਨਿਸ਼ਾਨ ਪਹਿਲਾਂ ਨਹੀਂ ਸੀ। ਮੈਨੂੰ ਕੁਝ ਗਲਤ ਲੱਗਦਾ ਵੀ ਜੇ ਤੁਸੀਂ ਇਜਾਜ਼ਤ ਦਿਓ ਤੇ ਇਹਦਾ ਪੋਸਟਮਾਰਟਮ ਕਰਵਾਈਏ। ਹੁਣ ਕੋਈ ਵੀ ਮਾਂ-ਬਾਪ ਰੱਸੇਦਾਰ ਨਹੀਂ ਚਾਹੁੰਦਾ ਵੀ ਜਿਹੜਾ ਉਹਦੇ ਬੱਚੇ ਦਾ ਸਰੀਰ ਐ। ਕਟਿਆ ਫਿਟਿਆ ਜਾਵੇ ਪਰ ਬਾਲਕ੍ਰਿਸ਼ਨ ਦੇ ਜਿਹੜੇ ਫਾਦਰ ਹੁੰਦੇ ਨੇ ਪੜੇ ਲਿਖੇ ਹੁੰਦੇ ਨੇ ਉਹ ਹੁਣ ਦੇਖ ਲੈਂਦੇ ਨੇ ਸੋਚ ਹੀ ਲੈਂਦੇ ਨੇ ਸਾਰਾ ਕੁਝ ਨਾਲ ਸਾਹਮਣੇ ਪਿਆ ਹੁੰਦਾ ਵੀ ਜਿਹੜਾ ਮੇਰੇ ਬੇਟੇ ਦੀ ਮੌਤ ਹੋ ਚੁੱਕੀ ਐ ਹੁਣ ਜਿਹੜਾ ਸਰੀਰ ਐ ਮਿੱਟੀ ਐ ਪਰ ਜੇ ਕੋਈ ਗੱਲ ਹੈ ਤਾਂ ਪੋਸਟਮਾਰਟਮ ਦੇ ਵਿੱਚ ਆ ਸਕਦੀ ਐ ਤਾਂ ਉਹ ਇਜਾਜ਼ਤ ਦੇ ਦਿੰਦੇ ਨੇ ਹੁਣ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਐ ਬਾਡੀ ਉਹ ਕਰ ਦਿੰਦੇ ਹਵਾਲੇ ਕਰ ਦਿੱਤੀ ਜਾਂਦੀ ਐ ਹੁਣ ਕਰ ਦਿੰਦੇ ਹਵਾਲੇ ਕਰਕੇ ਦਾ ਸੰਸਕਾਰ ਹੋ ਜਾਂਦਾ ਤੇ ਤਿੰਨ ਦਿਨ ਬਾਅਦ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਣੀ ਹੋਣੇ ਟਾਈਮ ਲੰਘਦਾ ਜਾਂਦਾ। ਹੁਣ ਜਿਹੜੇ ਤਿੰਨ ਦਿਨਾਂ ਦੇ ਵਿੱਚ ਸਸਕਾਰ ਤੋਂ ਬਾਅਦ ਜਿਹੜੇ ਬਿਹਾਰਿਕ ਜੋ ਵੀ ਕੁਝ ਕਰਨਾ ਸੀ ਉਹ ਕਰਦੇ ਨੇ। ਜਿੱਦਣ ਰਿਪੋਰਟ ਆਉਣੀ ਹੁੰਦੀ ਹੈ। ਉਹ ਦਿਨ ਜਿਹੜਾ ਸੰਦੀਪ ਆਪਣੀ ਭੈਣ ਨੂੰ ਕਹਿੰਦਾ ਵੀ ਹੁਣ ਮੈਨੂੰ ਦੱਸ ਦੇ ਰਿਪੋਰਟ ਆਉਣੀ ਹੈ ਵੀ ਘਰ ਦੇ ਵਿੱਚ ਸਾਡੇ ਜਾਣ ਤੋਂ ਬਾਅਦ ਕੋਈ ਆਇਆ ਸੀ। ਉਹ ਫਿਰ ਕਹਿੰਦੀ ਵੀ ਕੋਈ ਨਹੀਂ ਆਇਆ। ਉਹ ਕਹਿੰਦਾ ਵੀ ਇੱਥੇ ਕੋਈ ਜ਼ਰੂਰ ਆਇਆ। ਮੈਨੂੰ ਇਹ ਜਿਹੜਾ ਸ਼ੱਕ ਹੈ, ਇਹ ਸ਼ੱਕ ਹੈ ਵੀ ਇਹ ਜਿਹੜੀ ਮੌਤ ਹੈ ਇਹ ਦੀ ਨੈਚੁਰਲ ਨਹੀਂ ਹੈ। ਇਹ ਕਿਸੇ ਨਾ ਕਿਸੇ ਦਾ ਕਾਰਾ ਲੱਗਦਾ ਮੈਨੂੰ। ਤੇ ਇਹ ਮੈਨੂੰ ਜੇ ਕੋਈ ਗੱਲ ਹੈਗੀ ਹੈ ਤਾਂ ਦੱਸ ਦੇ ਵੀ ਜੇ ਕੋਈ ਆਇਆ ਕਿਉਂਕਿ ਥੋੜੀ ਦੇਰ ਬਾਅਦ ਰਿਪੋਰਟ ਆਉਣੀ ਹੈ ਉਸ ਤੋਂ ਬਾਅਦ ਕੋਈ ਵੀ ਕੁਝ ਨਹੀਂ ਕਰ ਸਕਦਾ ਤੋ ਕਹਿੰਦੀ ਵੀ ਇੱਥੇ ਕੋਈ ਨਹੀਂ ਆਇਆ ਉਹ ਨਹੀਂ ਮੰਨਦੀ ਤੇ ਫਿਰ ਉਹ ਇੱਕ ਗੱਲ ਐਸੀ ਕਰਦਾ ਵੀ ਜਿਹਨੂੰ ਸੁਣ ਕੇ ਜਿਹੜੀ ਪ੍ਰਤਿਮਾ ਹੁੰਦੀ ਹੈ ਉਹ ਬਿਲਕੁਲ ਸ਼ੌਕ ਹੋ ਜਾਂਦੀ ਹੈ ਉਹ ਕਹਿੰਦਾ ਵੀ ਦਲੀਪ ਉਹਦੇ ਨਾਲ ਤੇਰਾ ਕੋਈ ਸਬੰਧ ਹੈ ਇਹ ਸੁਣ ਕੇ ਜਦੋਂ ਦਲੀਪ ਦਾ ਨਾਮ ਆਉਂਦਾ ਜਦ ਪ੍ਰਤਿਮਾ ਹੁੰਦੀ ਹੈ ਚੌਕ ਜਾਂਦੀ ਹੈ ਕੰਤਬ ਜੇ ਉਹ ਆਇਆ ਸੀ ਵੀ ਜੇ ਤੇਰਾ ਕੋਈ ਉਹਦੇ ਨਾਲ ਸੰਬੰਧ ਹੈ ਤਾਂ ਹੁਣ ਦੱਸ ਦੇ ਹਜੇ ਤਾਂ ਕੁਝ ਹੋ ਸਕਦਾ ਨਹੀਂ ਤਾਂ ਜਦੋਂ ਪਾਣੀ ਲੰਘ ਗਿਆ ਪੁਲਾਂ ਤੁਹਾਨੂੰ ਫਿਰ ਉਹਦਾ ਕੁਝ ਨਹੀਂ ਹੋ ਸਕਦਾ ਹੁਣ ਉਹ ਸੋਚਦੀ ਹੈ ਵੀ ਜੇ ਇਹਨੂੰ ਦਲੀਪ ਬਾਰੇ ਪਤਾ ਹੈ ਤਾਂ ਇਹ ਭਰਾ ਤਾਂ ਮੇਰਾ ਹੀ ਹੈ ਤਾਂ ਉਹ ਬੜੀ ਇੱਕ ਸ਼ੌਕਿੰਗ ਜਿਹੜੀ ਨਿਊਜ਼ ਹੈ ਉਹ ਦਿੰਦੀ ਹੈ ਤੇ ਉਹ ਜਦੋਂ ਗੱਲ ਦੱਸਦੀ ਹੈ ਜਿਹੜਾ ਸੰਦੀਪ ਹੁੰਦਾ ਉਹ ਜਿਹੜਾ ਆਪਣੇ ਮੋਬਾਈਲ ਦਾ ਰਿਕਾਰਡਰ ਔਨ ਕਰ ਲੈਂਦਾ ਹੁਣ ਜੋ ਕੁਝ ਉਹ ਦੱਸਦੀ ਹੈ ਪ੍ਰਤਿਮਾ ਉਹ ਸਾਰਾ ਕੁਝ ਸੰਦੀਪ ਰਿਕਾਰਡ ਕਰ ਲੈਂਦਾ ਤੇ ਪ੍ਰਤਿਮਾ ਐਸੀ ਹੈਰਾਨੀ ਜਨ ਖੁਲਾਸੇ ਕਰਦੀ ਹੈ ਵੀ ਸੰਦੀਪ ਵੀ ਹੈਰਾਨ ਰਹਿ ਜਾਂਦਾ ਹੁਣ ਉਹ ਸਾਰਾ ਕੁਝ ਜਿਹੜਾ ਦੱਸਦੀ ਹੈ ਉਹਦੇ ਮੋਬਾਈਲ ਦੇ ਵਿੱਚ ਰਿਕਾਰਡ ਹੋ ਜਾਂਦਾ ਤੇ ਉਸ ਤੋਂ ਬਾਅਦ ਕਿਉਂਕਿ ਪ੍ਰਤਿਮਾ ਸੋਚਦੀ ਹੈ ਵੀ ਮੇਰਾ ਭਰਾ ਹੈ ਇਹ ਜੋ ਵੀ ਕੁਝ ਹੋਏਗਾ ਰਹੇਗਾ ਤਾਂ ਮੇਰੇ ਨਾਲ ਹੀ ਮੈਨੂੰ ਬਚਾਣ ਦੀ ਕੋਸ਼ਿਸ਼ ਕਰੇਗਾ ਹੁਣ ਜਦ ਸਾਰਾ ਕੁਝ ਰਿਕਾਰਡ ਹੋ ਜਾਂਦਾ ਸੰਦੀਪ ਉਠੋਟਦਾ ਉੱਠ ਕੇ ਸਿੱਧਾ ਪੁਲਿਸ ਸਟੇਸ਼ਨ ਚਲਾ ਜਾਂਦਾ ਹੁਣ ਇੱਕ ਸਾਲੇ ਦੀ ਐਸੀ ਸਟੋਰੀ ਜਿਹੜਾ ਦੇਖੋ ਇੰਨਾ ਪਿਆਰ ਕਰਦਾ ਸੀ ਉਹਨੇ ਆਪਣੇ ਜਿਹੜੇ ਖੂਨੀ ਰਿਸ਼ਤੇ ਸੀ ਉਹਨਾਂ ਨੂੰ ਵੀ ਛੱਡ ਦਿੱਤਾ ਆਪਣੇ ਜੀਜੇ ਦੇ ਕਾਤਲਾਂ ਨੂੰ ਫੜਨ ਵਾਸਤੇ ਉਹਨੂੰ ਇਨਸਾਫ ਦਿਲਵਾਉਣ ਵਾਸਤੇ ਹੁਣ ਰਿਕਾਰਡਰ ਜਾ ਕੇ ਪੁਲਿਸ ਸਟੇਸ਼ਨ ਨੂੰ ਦਿੰਦਾ ਤੇ ਸਾਰਾ ਕੁਝ ਉੱਥੇ ਦੱਸਦਾ ਜਦੋਂ ਰਿਕਾਰਡਿੰਗ ਆਨ ਹੁੰਦੀ ਹੈ ਉਹਦੇ ਵਿੱਚ ਜਿਹੜੀ ਪ੍ਰਤਿਮਾ ਹੁੰਦੀ ਹੈ ਉਹਦੇ ਵੱਲੋਂ ਜਿਹੜਾ ਸਾਰਾ ਕਬੂਲਨਾਮਾ ਇੱਕ ਇੱਕ ਗੱਲ ਦੱਸੀ ਜਾਂਦੀ ਉਹ ਸਾਰਾ ਕੁਝ ਉਹਦੇ ਵਿੱਚ ਕੈਦ ਹੋ ਚੁੱਕਿਆ ਸੀ ਹੁਣ ਪੁਲਿਸ ਉਹਨੂੰ ਸੁਣਦੀ ਜਿਹੜਾ ਬਾਲ ਕ੍ਰਿਸ਼ਨ ਪ੍ਰਜਾਰੀ ਹੁੰਦਾ ਤੇ ਪ੍ਰਤਿਮਾ ਹੁੰਦੀ ਹੈ। ਕਰੀਬ ਇਹਨਾਂ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਸੀ। ਇਹਨਾਂ ਦੀ ਜਿਹੜੀ ਪ੍ਰਤਿਮਾ ਹੁੰਦੀ ਹੈ ਜਦੋਂ ਦੀ ਮੈਰਿਜ ਹੋਈ ਹੈ ਕਰੀਬ 18 ਸਾਲ ਦੀ ਹੋ ਰਹੀ ਹੋਵੇਗੀ ਉਸ ਟਾਈਮ। ਤੇ ਇਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਆਪਸ ਦੇ ਵਿੱਚ ਬਹੁਤ ਵਧੀਆ ਪਿਆਰ ਸੀ ਤੇ ਨਾਲ ਇੱਕ ਸੰਦੀਪ ਵੀ ਇਹਨਾਂ ਦੇ ਘਰ ਦਾ ਇੱਕ ਹਿੱਸਾ ਹੀ ਸੀ ਕਿਉਂਕਿ ਜਿਹੜਾ ਪੁਜਾਰੀ ਹੁੰਦਾ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਉਹਨੂੰ ਆਪਣਾ ਇੱਕ ਹਿੱਸਾ ਹੀ ਸਮਝਦਾ। ਉਸ ਤੋਂ ਬਾਅਦ ਬੱਚੇ ਹੁੰਦੇ ਨੇ। ਇਹਨਾਂ ਦਾ ਵਿਆਹ ਇਨਰਾ ਵਿਆਹ ਹੁੰਦਾ ਬੱਚੇ ਹੁੰਦੇ ਨੇ ਬੱਚੇ ਵੀ ਵੱਡੇ ਹੋ ਜਾਂਦੇ ਨੇ ਤੇ ਪ੍ਰਤਿਮਾ ਕਹਿੰਦੀ ਹੁਣ ਮੈਂ ਘਰ ਦੇ ਵਿੱਚ ਵਿਹਲੀਆਂ ਬੱਚੇ ਵੀ ਵੱਡੇ ਹੋ ਗਏ ਵੀ ਮੇਰਾ ਟਾਈਮ ਪਾਸ ਨਹੀਂ ਹੁੰਦਾ ਤੇ ਜਿਹੜਾ ਪੁਜਾਰੀ ਹੁੰਦਾ ਉਹਨੂੰ ਇੱਕ ਬਿਊਟੀ ਪਾਰਲਰ ਖੋਲ ਦਿੰਦਾ ਕਹਿੰਦਾ ਵੀ ਨਾਲੇ ਤਾਂ ਇੱਥੇ ਤੇਰਾ ਟਾਈਮ ਪਾਸ ਹੋ ਜਾਏਗਾ ਨਾਲੇ ਘਰ ਦੇ ਵਿੱਚ ਕੋਈ ਪੈਸਾ ਆਏਗਾ ਹੁਣ ਬਿਊਟੀ ਪਾਰਲਰ ਚੱਲਦਾ ਅੱਗੇ ਆ ਜਾਂਦਾ ਕਰੋਨਾ ਕਾਲ ਹੁਣ ਕਰੋਨਾ ਕਾਲ ਆ ਜਾਂਦਾ ਤੇ ਸਾਰਾ ਕੁਝ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਸਾਰੇ ਘਰ ਬਹਿ ਜਾਂਦੇ ਨੇ ਹੁਣ ਸਾਰਾ ਦਿਨ ਵਿਹਲੇ ਟਾਈਮ ਕਿਵੇਂ ਪਾਸ ਹੋਏ ਸਿਰਫ ਇੱਕ ਟੀਵੀ ਬਚਦਾ ਤੇ ਇੱਕ ਮੋਬਾਈਲ ਤੇ ਜ਼ਿਆਦਾਤਰ ਦੁਨੀਆਂ ਕਰੋਨਾ ਕਾਲ ਦੇ ਵਿੱਚ ਮੋਬਾਈਲ ਤੇ ਜੁੜ ਜਾਂਦੀ ਹੈ ਸਾਰਾ ਦਿਨ ਟਾਈਮ ਪਾਸ ਕਰਨਾ ਹੁਣ ਮੋਬਾਈਲ ਦੇ ਉੱਪਰ ਜਿਹੜੀ ਪ੍ਰਤਿਮਾ ਹੁੰਦੀ ਹੈ ਉਹਦੀ ਦੋਸਤੀ ਹੁੰਦੀ ਹੈ ਇੰਸਟਾਗ੍ਰam ਤੇ ਇੱਕ ਦਲੀਪ 헤ਗੜੇ ਨਾਲ ਦੇ ਬੰਦੇ ਨਾਲ ਕਿਉਂਕਿ ਜਦੋਂ ਇਹ ਹਾਰ ਟਾਈਮ ਇੰਸਟਾਗ੍ਰam ਤੇ ਲੱਗੀ ਰਹਿੰਦੀ ਹੈ ਤਾਂ ਉਥੋਂ ਫਿਰ ਉਹਦੀ ਦੋਸਤੀ ਹੁੰਦੀ ਹੈ ਦਲੀਪ 헤ਗੜੇ ਨਾਲ ਦਲੀਪ 헤ਗੜੇ ਬੰਬੇ ਦੇ ਵਿੱਚ ਰਹਿੰਦਾ ਹੁੰਦਾ ਉਹਦਾ ਜਿਹੜਾ ਪਰਿਵਾਰ ਹੁੰਦਾ ਇੱਥੇ ਅਜੇਕਰ ਦੇ ਵਿੱਚ ਰਹਿੰਦਾ ਹੁੰਦਾ ਹੁਣ ਕਰੋਨਾ ਕਾਲ ਦੇ ਟਾਈਮ ਤੇ ਉਹ ਵਾਪਸ ਆਪਣੇ ਪਰਿਵਾਰ ਕੋਲ ਆ ਜਾਂਦਾ ਇੱਥੇ ਆਪਣਾ ਬਿਜ਼ਨਸ ਸੰਭਾਲਦਾ ਹੁਣ 28 ਸਾਲ ਦੀ ਉਮਰ ਹੁੰਦੀ ਹੈ ਉਹਦੀ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਹੁਣ ਦੋਸਤੀ ਹੌਲੀ-ਹੌਲੀ ਇਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਹੌਲੀ-ਹੌਲੀ ਗੱਲਬਾਤ ਮਿਲਣ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਕਰੋਨਾ ਹੁੰਦਾ ਕਰੋਨਾ ਦੇ ਵਿੱਚ ਮਿਲ ਨਹੀਂ ਸਕਦੇ ਪਰ ਇਹਨਾਂ ਦੀ ਗੱਲਾਂ ਹੁੰਦੀ ਹੈ ਹੁਣ ਜਿਵੇਂ ਕਰੋਨਾ ਕਾਲ ਖਤਮ ਹੁੰਦਾ ਤਾਂ ਆਪਸ ਦੇ ਵਿੱਚ ਮਿਲਦੇ ਨੇ ਹਾਲਾਂਕਿ ਜਿਹੜੀ ਪ੍ਰਤਿਮਾ ਹੁੰਦੀ ਹੈ ਉਹ ਵੱਡੀ ਹੁੰਦੀ ਹੈ ਅਦਲੀ ਪਰ ਕਾਫੀ ਖੂਬਸੂਰਤ ਹੁੰਦੀ ਹੈ ਉਦੋਂ ਬਾਅਦ ਜਦੋਂ ਮੇਲ ਇਹਨਾਂ ਦਾ ਇੰਨਾ ਜ਼ਿਆਦਾ ਵੱਧਦਾ ਇਹਨਾਂ ਦੇ ਵਿੱਚ ਨਜ਼ਾਇਲ ਸਬੰਧ ਬਣ ਜਾਂਦੇ ਨੇ ਜਿਹੜੀ ਪ੍ਰਤਿਮਾ ਹੁੰਦੀ ਹੈ ਦੋ ਬੱਚਿਆਂ ਦੀ ਮਾਂ ਹੁੰਦੀ ਹੈ 17 ਸਾਲ ਵਿਆਹ ਨੂੰ ਹੋਏ ਹੁੰਦੇ ਨੇ ਪਰ ਉਹ ਇਸ਼ਕ ਵਿੱਚ ਅੰਨੀ ਹੋ ਕੇ ਕਿਹੜੇ ਰਾਹ ਤੁਰ ਪਈ ਉਹ ਖੁਦ ਵੀ ਨਹੀਂ ਸੀ ਜਾਣਦੀ ਹੁਣ ਇਹਨਾਂ ਦਾ ਜਿਹੜਾ ਪਿਆਰ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੌਲੀ ਹੌਲੀ ਜਿਹੜਾ ਸ਼ੱਕ ਹੋਣ ਲੱਗ ਜਾਂਦਾ ਪੁਜਾਰੀ ਨੂੰ ਕਿਉਂਕਿ ਐਸੀਆਂ ਗੱਲਾਂ ਹਮੇਸ਼ਾ ਨਹੀਂ ਲੁਕਦੀਆਂ ਇਹਨਾਂ ਦਾ ਪਤਾ ਲੱਗ ਹੀ ਜਾਂਦਾ ਉਹਨੂੰ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਹਰ ਟਾਈਮ ਮੋਬਾਈਲ ਤੇ ਲੱਗੇ ਰਹਿਣਾ ਹੁਣ ਜਿਹੜੀ ਪ੍ਰਤਿਮਾ ਹੁੰਦੀ ਉਹਨੂੰ ਘਰੇ ਬੁਲਾਣਾ ਬਾਹਰ ਜਾ ਕੇ ਉਹਨੂੰ ਮਿਲਣਾ ਉਹਦੇ ਵਾਸਤੇ ਆਮ ਗੱਲ ਸੀ। ਉਹਨੂੰ ਪਤਾ ਲੱਗਣ ਲੱਗ ਜਾਂਦਾ ਪਰ ਜਦ ਹੁਣ ਉਹ ਇੰਨੀ ਅੱਗੇ ਵੱਧ ਚੁੱਕੀ ਸੀ ਪ੍ਰਤਿਮਾ ਉਹ ਦਲੀਪ ਨੂੰ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਂ। ਤੇ ਦਲੀਪ ਵੀ ਕਹਿੰਦਾ ਵੀ ਮੈਂ ਆਪਾਂ ਦੋਨੋਂ ਇਕੱਠੇ ਰਹਿਣਾ। ਹੁਣ ਪ੍ਰਤਿਮਾ ਨੂੰ ਪਤਾ ਸੀ ਕਿ ਸਾਡਾ ਤਲਾਕ ਹੋਣਾ ਮੁਸ਼ਕਲ ਹੈ। ਕਿਉਂਕਿ ਵਿੱਚ ਆਵੇਗਾ ਉਹਦਾ ਪ੍ਰਾਸੰਦੀਪ ਤੇ ਬੱਚਿਆਂ ਦੀ ਤੇ ਹੋਰ ਦਵਾਈਆਂ ਦਿੱਤੀਆਂ ਜਾਣਗੀਆਂ ਤਲਾਕ ਨਹੀਂ। ਉਹਨੂੰ ਕਹਿੰਦੀ ਵੀ ਜੇ ਆਪਾਂ ਇਕੱਠੇ ਰਹਿਣਾ ਤੇ ਇਹਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ। ਉਹਨੂੰ ਰਸਤੇ ਚੋਂ ਹਟਾਉਣ ਦੀਆਂ ਕਈ ਸਕੀਮਾਂ ਸ ਬਈ ਇਦਾਂ ਕਿਸੇ ਐਕਸੀਡੈਂਟ ਦੇ ਵਿੱਚ ਕਤਲ ਕੀਤਾ ਜਾਵੇ ਜਾਂ ਕੋਈ ਹੋਰ ਫਿਰ ਸਰਚ ਕੀਤਾ ਜਾਂਦਾ ਫਿਰ ਗੂਗਲ ਤੇ ਪਹੁੰਚਦੇ ਨੇ ਉੱਥੇ ਜਾ ਕੇ ਸਰਚ ਕਰਦੇ ਨੇ ਮਾਰਨ ਦੇ ਤਰੀਕੇ ਦੇਖਦੇ ਫਿਰ ਇਹਨਾਂ ਨੂੰ ਕਈ ਕੈਮੀਕਲਾਂ ਦਾ ਪਤਾ ਲੱਗਦਾ ਫਿਰ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਇਹ ਕੈਮੀਕਲ ਕਿੱਥੋਂ ਮਿਲਣਗੇ ਉਹ ਲੈਬ ਦੇ ਵਿੱਚ ਮਿਲਦੇ ਨੇ ਕਿਉਂ ਮੈਡੀਕਲ ਸਟੂਡੈਂਟ ਜਿਹੜੇ ਐਕਸਪੈਰੀਮੈਂਟ ਕਰਦੇ ਨੇ ਉਹਨਾਂ ਨੂੰ ਉਹ ਮਿਲਦੇ ਨੇ ਲੈਬ ਤੋਂ ਇਹ ਫੇਕ ਆਈਡੀ ਤੇ ਜਾ ਕੇ ਉੱਥੇ ਉੱਥੋਂ ਲੈਂਦਾ ਵੀ ਮੈਂ ਮੈਡੀਕਲ ਦਾ ਸਟੂਡੈਂਟ ਆ ਇੱਕ ਕੈਮੀਕਲ ਖਰੀਦਦਾ ਜਿਹੜਾ ਕਿ ਨੈਟ ਤੋਂ ਦੇਖਦੇ ਨੇ ਤੇ ਉੱਥੇ ਆਪਣਾ ਪੈਸੇ-ਪੂਸੇ ਦੇ ਕੇ ਆਪਣਾ ਪਤਾ ਸਹੀ ਦੇ ਕੇ ਹੁੰਦਾ ਹੁਣ ਪਤੇ ਦੇ ਉੱਪਰ ਜੂਨ ਦੇ ਵਿੱਚ ਜਿਹੜਾ ਐਪਲਾਈ ਕਰਦਾ ਜੁਲਾਈ ਦੇ ਵਿੱਚ ਇਹਨਾਂ ਨੂੰ ਕੈਮੀਕਲ ਮਿਲ ਜਾਂਦਾ ਉਹ ਇੱਕ ਐਸਾ ਕੈਮੀਕਲ ਹੁੰਦਾ ਵੀ ਜਿਹੜਾ ਹੌਲੀ-ਹੌਲੀ ਖਾਣੇ ਦੇ ਵਿੱਚ ਪਾ ਕੇ ਇਹ ਦੇਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਦੀਪ ਇਹ ਕਿਡੇ ਕੋਲ ਪਹੁੰਚਦਾ ਫਿਰ ਉਹ ਪ੍ਰਤਿਮਾ ਨੂੰ ਦਿੰਦਾ ਤੇ ਪ੍ਰਤਿਮਾ ਨੂੰ ਕਹਿੰਦਾ ਇਹ ਚੌਲਾਂ ਦੇ ਵਿੱਚ ਪਾ ਕੇ ਉਹਨੂੰ ਥੋੜਾ-ਥੋੜਾ ਦੇ ਦਿੰਦੀ ਉਹਨੂੰ ਸਲੋ ਪాయిਜ਼ਨ ਉਹਨੂੰ ਦੇਣਾ ਸ਼ੁਰੂ ਕਰ ਦਿੰਦੇ ਨੇ ਚੌਲਾਂ ਦੇ ਵਿੱਚ ਹੌਲੀ-ਹੌਲੀ ਜਦੋਂ ਦੇਣਾ ਸ਼ੁਰੂ ਕਰ ਦਿੰਦੇ ਨੇ ਉਹ ਲੰਬਾ ਇੱਕ ਮਹੀਨਾ ਜਦੋਂ ਹੌਲੀ-ਹੌਲੀ ਚੱਲਦਾ ਹੈ ਤਾਂ ਹੌਲੀ-ਹੌਲੀ ਤਬੀਅਤ ਵੀ ਵਿਗੜਨੀ ਸ਼ੁਰੂ ਹੁੰਦੀ ਹੈ ਉਲਟੀਆਂ ਸ਼ੁਰੂ ਹੁੰਦੀਆਂ ਨੇ ਹੋਰ ਕਈ ਦਿੱਕਤਾਂ ਆਉਂਦੀਆਂ ਨੇ ਬੁਖਾਰ ਰਹਿਣਾ ਸਿਰ ਦਰਦ ਕਰਨਾ ਕਿਉਂਕਿ ਉਹਦੇ ਨਾਲ ਕੀ ਸੀ ਜਿਹੜੇ ਆਰਗਨ ਨੇ ਉਹ ਕੰਮ ਬੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇਹਦੇ ਫਿਰ ਕਿਸੇ ਹਸਪਤਾਲ ਦੂਜੇ ਹਸਪਤਾਲ ਤੀਜੇ ਹਸਪਤਾਲ ਅੱਠ ਨੌ ਹਸਪਤਾਲਾਂ ਵਿੱਚ ਜਾ ਕੇ ਜਿੰਨੂੰ ਇਹਨੂੰ ਆਰਾਮ ਮਿਲਦਾ ਫਿਰ ਉੱਥੇ ਕੀ ਹੁੰਦਾ ਜਦੋਂ ਐਂਡ ਚ ਜਾਂਦੇ ਨੇ ਤਾਂ ਉਹ ਸੌ ਹਸਪੀਟਲ ਦੇ ਵਿੱਚ ਜਾ ਕੇ ਪੁਜਾਰੀ ਨੂੰ ਆਰਾਮ ਮਿਲਦਾ ਹੈ ਉੱਥੇ ਜਾ ਕੇ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਠੀਕ ਹੁੰਦਾ ਪ੍ਰਤਿਮਾ ਇਸ ਗੱਲ ਤੇ ਭੜਕ ਜਾਂਦੀ ਹੈ ਮੈਂ ਤਾਂ ਮਾਰਨਾ ਸੀ ਇਹ ਫਿਰ ਠੀਕ ਹੋ ਗਿਆ ਹੁਣ 19 ਅਕਤੂਬਰ ਨੂੰ ਲੈ ਕੇ ਘਰੇ ਹੁੰਦੀ ਹੈ ਪਰ ਉਹ ਵਾਰ-ਵਾਰ ਜਿਹੜਾ ਫੋਨ ਹੈ ਉਹ ਦਲੀਪ ਨੂੰ ਕਰਦੀ ਹੈ ਵੀ ਜਿਹੜਾ ਇਹ ਪਲਾਨ ਸੀ ਇਹ ਕੈਨਸਲ ਹੋ ਗਿਆ ਇਹਨੂੰ ਹੁਣ ਰਸਤੇ ਚੋਂ ਹਟਾਉਣਾ ਪਵੇਗਾ ਹੁਣ ਹੋਰ ਸਬਰ ਨਹੀਂ ਕਰ ਸਕਦੇ ਕਿਉਂਕਿ ਇਹ ਪਲਾਨ ਕੈਨਸਲ ਹੈ ਫਿਰ ਕੀ ਕਰ ਕਰਦੀ ਹੈ ਇਹਦਾ ਮਾਸਟਰਮਾਈਂਡ ਦੇਖੋ ਜਿਹਦੇ ਨਾਲ ਇੰਨੇ ਸਾਲ ਬਤਾਏ ਜ਼ਿੰਦਗੀ ਦੇ ਕਿਸ ਕਦਰ ਇੱਕ ਖਤਰਨਾਕ ਰੂਪ ਤਿਆਰ ਕਰਦੀ ਹੈ ਉਹਨੂੰ ਕਹਿੰਦੀ ਹੈ ਵੀ ਹੁਣ ਇਹ ਆਇਆ ਹੈ ਹਜੇ ਤਾਜੀ-ਤਾਜੀ ਇਹਦਾ ਅੱਜ ਹੀ ਕੰਮ ਕਰਦੇ ਆ ਤਾਂ ਲੋਕਾਂ ਨੂੰ ਇਹ ਲੱਗੇਗਾ ਵੀ ਇਹ ਲੰਬੀ ਬਿਮਾਰੀ ਤੋਂ ਜਿਹੜਾ ਇਸ ਕਰਕੇ ਦੀ ਮੌਤ ਹੋਈ ਹੈ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਏਗਾ ਹੁਣ 1 ਉਹਨੇ 1 ਅਕਤੂਬਰ ਨੂੰ ਸਾਰਿਆਂ ਨੂੰ ਇਹ ਧੱਕੇ ਨਾਲ ਕਰਨ ਭੇਜਦੀ ਹੈ ਕਿਉਂਕਿ ਉਹਦੀ ਪਲਾਨਿੰਗ ਕੁਝ ਹੋਰ ਸੀ ਜਦੋਂ ਸਾਰੇ ਚਲੇ ਜਾਂਦੇ ਨੇ ਇਹ ਦਲੀਪ ਨੂੰ ਆਪਣੇ ਘਰੇ ਬੁਲਾਉਂਦੀ ਆਪਣੇ ਬਾਥਰੂਮ ਚ ਬੰਦ ਕਰ ਦਿੰਦੀ ਹੈ ਉਦੋਂ ਬਾਅਦ ਲੋਕ ਲਾ ਦਿੰਦੀ ਹੈ ਲੋਕ ਲਾਣ ਤੋਂ ਬਾਅਦ ਫਿਰ ਇਹ ਦੇਖਦੀ ਹੈ ਵੀ ਕੋਈ ਤੇ ਆਲੇ-ਦਾਲੇ ਕੋਈ ਦੇਖਤਾ ਨਹੀਂ ਰਿਹਾ ਫਿਰ ਆਪਣੇ ਘਰ ਦੇ ਅੰਦਰ ਬੈੱਡਰੂਮ ਦੇ ਅੰਦਰ ਐਂਟਰ ਕਰਦੀ ਹੈ ਉੱਥੇ ਸੁੱਤੇ ਪਏ ਬਾਲ ਕ੍ਰਿਸ਼ਨ ਪੁਜਾਰੀ ਦੇ ਜਿਹੜਾ ਦਿਲੀਪ ਹੇਕੜੇ ਹੁੰਦਾ ਸਰਾਣਾ ਲੈ ਕੇ ਉਹਦਾ ਮੂੰਹ ਬੰਦ ਕਰ ਦਿੰਦਾ ਨੱਕ ਬੰਦ ਕਰ ਦਿੰਦਾ ਸਾਹ ਰੋਕ ਦਿੰਦਾ ਹੁਣ ਉਹ ਆਪਣੇ ਆਪ ਨੂੰ ਬਚਾਣ ਲਈ ਹੱਥ ਪੈਰ ਮਾਰਦਾ ਜਿਹੜੀ ਪ੍ਰਤਿਮਾ ਹੁੰਦੀ ਹੈ ਛਾਲ ਮਾਰ ਕੇ ਉਹਦੀ ਛਾਤੀ ਤੇ ਬਹਿ ਜਾਂਦੀ ਹੈ ਤੇ ਮੂੰਹ ਪੁੱਠੇ ਪਾਸੇ ਘੁਮਾ ਕੇ ਉਹਦੀ ਲੱਤਾਂ ਫੜ ਦਿੰਦੀ ਹੈ ਤੇ ਜਿਹੜਾ ਦਲੀਪ ਹੁੰਦਾ ਉਹਦਾ ਸਾਹ ਉਹਨਾਂ ਚਿਰ ਘੁੱਟਦਾ ਜਿੰਨਾ ਚਿਰ ਉਹਦੀ ਜਾਨ ਨਹੀਂ ਨਿਕਲ ਜਾਂਦੀ ਹੁਣ ਪਤਨੀ ਹੀ ਜਦੋਂ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਗਈ ਫਿਰ ਬਚਾਏਗਾ ਕੌਣ ਹੁਣ ਪਤਨੀ ਵੀ ਨਾਲ ਲੱਗੀ ਹੋਈ ਸੀ ਕਤਲ ਦੇ ਤੇ ਥੋੜੀ ਦੇਰ ਬਾਅਦ ਬਾਲ ਕ੍ਰਿਸ਼ਨ ਪੁਜਾਰੀ ਦੀ ਜਾਨ ਨਿਕਲ ਜਾਂਦੀ ਹੈ ਉਹ ਜਦੋਂ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਹ ਦੀ ਨਬਜ ਨੂੰ ਵੀ ਚੈੱਕ ਕਰਦੇ ਨੇ ਫਿਰ ਦਲੀਪ ਨੂੰ ਘਰ ਭੇਜ ਦਿੰਦੀ ਹੈ ਤੇ ਲੋਕ ਲਾ ਕੇ ਉਸ ਤੋਂ ਬਾਅਦ ਬੈੱਡ ਸੈੱਟ ਕੀਤਾ ਜਾਂਦਾ ਕਿਉਂਕਿ ਹੱਥ ਆ ਪਾਈ ਦੇ ਵਿੱਚ ਬੈੱਡ ਦੇ ਖੁਰਦਪੁਰ ਤੇ ਜਾ ਹੋ ਜਾਂਦਾ ਇਹਨੂੰ ਲੱਗਦਾ ਵੀ ਸ਼ਾਇਦ ਕਿਸੇ ਨੂੰ ਸ਼ੱਕ ਪਾਏਗਾ ਵੀ ਇੰਨੀਆਂ ਜਿਹੜੇ ਵੱਟ ਪਏ ਨੇ ਇਹ ਕਿਉਂ ਪਏ ਨੇ ਬੈੱਡ ਬਿਲਕੁਲ ਸੈੱਟ ਕਰਕੇ ਚਾਦਰ ਚੁੱਧਰ ਸੈੱਟ ਕਰਕੇ ਫਿਰ ਇਹਦਾ ਨਾਟਕ ਜਿਹੜਾ ਸ਼ੁਰੂ ਹੁੰਦਾ ਉਹਨੇ ਵਾਰਦਾ ਜਿਹੜੀ ਸਾਰੀ ਬੀਤੀ ਸੀ ਇਹ ਤਕਰੀਬਨ 1.5 ਵਜੇ ਦੇ ਆਸ-ਪਾਸ ਹੁਣ 2.5 ਵਜੇ ਫੋਨ ਕਰਨਾ ਸ਼ੁਰੂ ਕਰਦੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਤੇ ਰੋਣਾ ਗਾਣਾ ਜਿਹੜਾ ਇਹਦਾ ਸ਼ੁਰੂ ਹੋ ਜਾਂਦਾ ਇਹ ਸਾਰੀ ਜਿਹੜੀ ਗੱਲ ਸੀ ਇਹਦੀ ਇਹ ਮੋਬਾਈਲ ਦੇ ਵਿੱਚ ਰਿਕਾਰਡ ਹੋ ਚੁੱਕੀ ਸੀ ਤੇ ਇੱਕ ਗੱਲ ਇਹਨੂੰ ਹੋਰ ਦੱਸਦਾ ਜਿਹੜਾ ਦਾ ਸਾਲਾ ਹੁੰਦਾ ਪੁਜਾਰੀ ਦਾ ਉਹ ਆਪਣੀ ਭੈਣ ਨੂੰ ਇਹ ਗੱਲ ਵੀ ਦੱਸਦਾ ਵੀ ਜਿਹੜੇ ਤੇਰੇ ਦਲੀਪ ਢੇਗੜੇ ਨਾਮ ਦੇ ਬੰਦੇ ਨਾਲ ਸੰਬੰਧ ਸਨ ਉਹ ਮੇਰਾ ਜੀਜਾ ਮੈਨੂੰ ਦੱਸ ਚੁੱਕਿਆ ਸੀ ਉਹ ਮੇਰੇ ਤੋਂ ਕੋਈ ਗੱਲ ਨਹੀਂ ਸੀ ਲੁਕਾਉਂਦਾ ਉਹਨੇ ਮੈਨੂੰ ਦੱਸਿਆ ਸੀ ਵੀ ਤੇਰੀ ਭੈਣ ਦੇ ਇੱਕ 28 ਸਾਲ ਦੇ ਮੁੰਡੇ ਦੇ ਨਾਲ ਨਜਾਇਜ਼ ਸੰਬੰਧ ਨੇ ਹਾਲਾਂਕਿ ਉਹਨੇ ਮੈਨੂੰ ਕੁਝ ਕਹਿਣ ਤੋਂ ਵੀ ਮਨਾ ਕੀਤਾ ਸੀ ਵੀ ਦੇਖਦੇ ਆ ਮੈਂ ਸਮਝਾ ਰਿਹਾ ਵੀ ਸ਼ਾਇਦ ਇਹ ਸੁਧਰ ਜੇ ਕਿਉਂਕਿ ਸਮਝਾਉਣ ਦੀ ਬੜੀ ਕੋਸ਼ਿਸ਼ ਕਰਦਾ ਪੁਜਾਰੀ ਨੂੰ ਹੁਣ ਇਹ ਸਾਰੀ ਜਿਹੜੀ ਉਹਦੇ ਇੱਕ ਬਾਰੀਆ ਬਿਆਨ ਦੀ ਰਿਕਾਰਡਿੰਗ ਪੁਲਿਸ ਕੋਲ ਪਹੁੰਚ ਜਾਂਦੀ ਹੈ ਤੇ ਪੁਲਿਸ ਅਰੈਸਟ ਕਰਦੀ ਹੈ ਪ੍ਰਤੀਮਾ ਨੂੰ ਇਹਨੇ ਨੂੰ ਜਿਹੜੀ ਐ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਉਹਦੇ ਵਿੱਚ ਵੀ ਗਲ ਘੁੱਟਣ ਕਰਕੇ ਸਾਹ ਰੁਪਣ ਕਰਕੇ ਜਿਹੜੀ ਉਹਦੀ ਮੌਤ ਹੋਈ ਹੁੰਦੀ ਹੈ ਉਹ ਨੈਚੁਰਲ ਡੈਥ ਨਹੀਂ ਹੁੰਦੀ ਉਹਦਾ ਕਤਲ ਕੀਤਾ ਹੋਇਆ ਹੁੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਦੇ ਬਦਲੇ ਭੇਗੜੇ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਸੀਸੀਟੀਵੀ ਦੇ ਵਿੱਚ ਉਹਦੀ ਮੌਜੂਦਗੀ ਵੀ ਦਿਖ ਜਾਂਦੀ ਹੈ ਉਸ ਦਿਨ ਹੁਣ ਇਹਨਾਂ ਨੂੰ ਫਿਰ ਅਰੈਸਟ ਕੀਤਾ ਜਾਂਦਾ ਹੈ ਅਰੈਸਟ ਕਰਕੇ ਫਿਰ ਇਹਨਾਂ ਦੀ ਚਾਰਜਸ਼ੀਟ ਕੋਰਟ ਦੇ ਵਿੱਚ ਦਾਖਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਜਿਹੜੀ ਇਹਨਾਂ ਨੂੰ ਸਜ਼ਾ ਹੋਈ ਦੋਨੋਂ ਜਣੇ ਜੇਲ੍ਹ ਦੇ ਵਿੱਚ ਨੇ ਦਲੀਪ ਢੇਗੜੇ ਤੇ ਪ੍ਰਤਿਮਾ ਇੱਕ ਸਾਲੇ ਨੇ ਆਪਣੇ ਜੀਜੇ ਨੂੰ ਇਨਸਾਫ ਦਿਵਾਉਣ ਲਈ ਆਪਣੀ ਭੈਣ ਨੂੰ ਵੀ ਨਹੀਂ ਬਖਸ਼ਿਆ ਉਹਨੂੰ ਪਤਾ ਸੀ ਵੀ ਮੇਰਾ ਜਿਹੜਾ ਜੀਜਾ ਉਹ ਸਹੀ ਸੀ ਮੇਰੀ ਭੈਣ ਗਲਤ ਹੈ ਉਹ ਬਹੁਤ ਚੰਗਾ ਬੰਦਾ ਸੀ ਇਹਦੀ ਜਗ੍ਹਾ ਕੋਈ ਵੀ ਭਰਾ ਹੁੰਦਾ ਆਵੇਂ ਜਿਉ ਮਰਜੀ ਸੀ ਉਹ ਫਿਰ ਵੀ ਆਪਣੀ ਭੈਣ ਦਾ ਸਾਥ ਦਿੰਦਾ ਤੇ ਭੈਣ ਨੂੰ ਵੀ ਇਹ ਸੀ ਵੀ ਇਹ ਭਰਾ ਮੇਰਾ ਸਾਥ ਦੇਗਾ ਪਰ ਭਰਾ ਨੇ ਇਨਸਾਫ ਦਾ ਸਾਥ ਦਿੱਤਾ ਤੇ ਅੱਜ ਉਹ ਪ੍ਰਤਿਮਾ ਜੇਲ੍ਹ ਦੇ ਵਿੱਚ ਕੀ ਮਿਲਿਆ ਉਹਨੂੰ ਹੱਸਦਾ ਵਸਦਾ ਜਿਹੜਾ ਘਰ ਉਜਾੜ ਲਿਆ ਇਸ਼ਕ ਦੇ ਵਿੱਚ ਅੰਨੀ ਹੋ ਕੇ ਬੱਚਿਆਂ ਦੀ ਲਾਈਫ ਜਿਹੜੀ ਉਹ ਵੀ ਖਰਾਬ ਕਰਦੀ ਤੇ ਇੱਕ ਬਦਨਾਮੀ ਦਾ ਜਿਹੜਾ ਟਿੱਕਾ ਉਹ ਆਪਣੇ ਮੱਥੇ ਤੇ ਲਵਾ ਲਿਆ ਐਸੀ ਪਤਨੀ ਰੱਬ ਕਿਸੇ ਨੂੰ ਵੀ ਨਾ ਦੇ ਕਿਉਂਕਿ ਅਪਰਾਧੀ ਹੁਣ ਜਦੋਂ ਅਪਰਾਧ ਕਰਦਾ ਇਹਨਾਂ ਦੋਨਾਂ ਨੇ ਵੀ ਅਪਰਾਧ ਇਹ ਸੋਚਿਆ ਵੀ ਸਾਡਾ ਜਿਹੜਾ ਇਹ ਅਪਰਾਧ ਹੈ ਸਾਡਾ ਜਿਹੜਾ ਪਲਾਨ ਹੈ ਇਹ ਫੁੱਲ ਪ੍ਰੂਫ ਹੈ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਪਰ ਅਪਰਾਧ ਕਦੇ ਵੀ ਫੁੱਲ ਪ੍ਰੂਫ ਨਹੀਂ ਹੁੰਦਾ ਅਪਰਾਧ ਕਰਨ ਵੇਲੇ ਉਹਦੇ ਅੰਜਾਮ ਬਾਰੇ ਨਹੀਂ ਸੋਚਿਆ ਜਾਂਦਾ ਤੇ ਜਦੋਂ ਅੰਜਾਮ ਆਉਂਦੇ ਨੇ ਉਹਦੂ ਸੋਚਣ ਵਾਸਤੇ ਕੁਝ ਵੀ ਨਹੀਂ ਬਚਦਾ ਅੱਜ ਪ੍ਰਤਿਮਾ ਕੁਲ ਕੀ ਹੈ ਖਾਲੀ ਹੱਥ ਜ਼ਿੰਦਗੀ ਜੇਲ੍ਹ ਦੇ ਵਿੱਚ ਤੇ ਹਮੇਸ਼ਾ ਸਤਰਕ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਸਤਿ ਸ੍ਰੀ ਅਕਾਲ